26ਵੀਂ ਕਹਾਣੀ। ਯਿਸੂ ਆਪਣੀ ਸੇਵਾ ਸ਼ੁਰੂ ਕਰਦਾ ਹੈ। ਸ਼ੈਤਾਨੇ ਦੀਆਂ ਪ੍ਰੀਖਸਾਂ ਜੋ ਮਨਾ ਕਰਨੇ ਤੋਂ ਬਾਅਦ ਯਿਸੂ ਵਾਪਸ ਗਲੀਲ 'ਚ ਆਇਆ। ਇਹ ਸਹੀ ਜਗ੍ਹਾ ਹੈ ਜਿੱਥੋਂ ਸਹਿ ਰਹਿੰਦਾ ਥਾ। ਪਵਿੱਤਰ ਆਤਮਾ ਤਿਸੀ ਮਤੀ ਸਮਰਥ ਦੇਦਾ ਥਾ। ਕਨੇ ਯਿਸੂ ਇੱਕ ਜਗ੍ਹਾ 'ਤੇ ਦੂਜੇ ਜਗ੍ਹਾ ਜੋ ਗਿਆ। ਕਨੇ ਲੋਕਾਂ ਜੋ ਸਿੱਖਸਾ ਦਿੱਤੀ, ਸਾਰੇ ਤਿਸਦੇ ਬਾਰੇ 'ਚ ਖਰੀਆਂ ਗੱਲਾਂ ਗਲਾਈਆਂ। ਯਿਸੂ ਨਾਸਰਤ ਸ਼ਹਿਰ 'ਚ ਗਿਆ। ਇਹ ਸਹਿ ਗ੍ਰਾਂ ਹੈ ਜਿੱਥੋਂ ਸਹਿ ਆਪਣੇ ਬਚਪਨੇ 'ਚ ਰਹਿੰਦਾ ਥਾ। ਸਪਤੇ ਦੇ ਦਿਨੇ ਸਹਿ ਆਰਾਧਨਾ ਕਰਨ ਦੀ ਜਗ੍ਹਾ ਪਰ ਗਿਆ। ਅਗਵਾ ਤਿਸੀਓ ਯਸ਼ਾਹ ਭਵਿਸ਼ਯ ਵਕਤਾ ਦੇ ਸੰਦੇਸ਼ਾਂ ਦੀ ਕਿਤਾਬ ਦਿੱਤੀ। ਸਹਿ ਚਾਹੁੰਦੇ ਥੇ ਕਿ ਸਹਿ ਤਿਸ ਤੇ ਪੜ੍ਹੇ। ਯਿਸੂ ਨੇ ਤਿਸਾ ਕਿਤਾਬਾਂ ਜੋ ਖੋਲ੍ਹੀ ਕਰੀ, ਤਿਸਾ ਦੇ ਇੱਕ ਹਿੱਸੇ ਜੋ ਲੋਕਾਂ ਤਾਈਂ ਪੜ੍ਹਿਆ। ਯਿਸੂ ਨੇ ਪੜ੍ਹਿਆ, ਪਰਮਾਤਮਾ ਮਿੰਜੋ ਆਪਣੀ ਆਤਮਾ ਦਿੱਤੀ ਹੈ ਤਾਂ ਕਿ ਮੈਂ ਗਰੀਬਾਂ ਜੋ ਸੁਸਮਾਚਾਰ ਪ੍ਰਚਾਰ ਸੁਣਾ। ਤਿੰਨੀ ਮਿੰਜੋ ਇਸ ਤਾਈਂ ਗੱਲਿਆ ਕਿ ਕੈਦੀਆਂ ਜੋ ਆਜ਼ਾਦ ਕਰੇ, ਕਨੇ ਤਿੰਨਾਂ ਜੋ ਛੁਟਕਾਰਾ ਦੇ ਜਿਨ੍ਹਾਂ ਜੋ ਦੂਏ ਲੋਕ ਚਲਾ ਦੇ ਹਨ। ਇਹ ਸਹਿ ਵਕਤ ਹੈ ਜਲੂ ਪਰਮਾਤਮਾ ਆਹਾਂ ਪਰ ਦਇਆ ਕਰਗਾ, ਕਨੇ ਆਹਾਂ ਦੀ ਮਦਦ ਕਰਗਾ। ਫਿਰ ਯਿਸੂ ਬਹਿ ਗਿਆ। ਸਾਰੇ ਲੋਕ ਤਿਸੀ ਉਹ ਬੜੇ ਧਿਆਨ ਨਾਲ ਦਿਖਾ ਦੇ ਥੇ। ਸਹਿ ਜਾਣਦੇ ਥੇ ਕਿ ਪਵਿੱਤਰ ਸ਼ਾਸਤਰੇ ਦਾ ਜਿਹੜਾ ਹਿੱਸਾ ਤਿੰਨੀ ਹੁਣ ਪੜ੍ਹਿਆ ਥਾ, ਸਹਿ ਮਸੀਹ ਦੇ ਬਾਰੇ 'ਚ ਥਾ। ਇਸ ਮੈਂ ਗਲਾਇਆ, ਜਿਹੜੀਆਂ ਗੱਲਾਂ ਮੈਂ ਹੁਣ ਤੁਹਾਂ ਤਾਈਂ ਪੜ੍ਹੀਆਂ ਹਨ, ਸਹਿ ਇਸ ਵਕਤ ਹੋਆ ਦੀਆਂ ਹਨ। ਸਾਰੇ ਲੋਕ ਹੈਰਾਨ ਥੇ। ਤਿਨਾਂ ਗਲਾਇਆ, ਕਿਆ ਇਹ ਯੂਸਫੇ ਦਾ ਪੁੱਤਰ ਨਹੀਂ ਹੈ? ਤਾਲੂ ਇਸ ਮੈਂ ਗਲਾਇਆ, ਇਹ ਸੱਚ ਹੈ ਕਿ ਲੋਕ ਕੁਸੀ ਇਹਦੇ ਭਵਿਸ਼ਯ ਵਕਤਾ ਜੋ ਕਦੀ ਗ੍ਰਹਿਣ ਨਹੀਂ ਕਰਦੇ, ਜਿਹੜਾ ਤਿਨਾਂ ਦੇ ਸਹਿਰੇ 'ਚ ਪਲਿਆ ਪਲਿਆ ਹੈ। ਏਲੀਆਹ ਭਵਿਸ਼ਯ ਵਕਤਾ ਦੇ ਵਕਤੇ 'ਚ ਇਜ਼ਰਾਇਲ 'ਚ ਮਤੀਆਂ ਵਿਧਵਾ ਥੀਆਂ, ਅਪਰ ਜਾਲੂ 3.5 ਸਾਲਾਂ ਤਿਕਰ ਵਰਖਾ ਨਹੀਂ ਹੋਈ ਤਾਂ ਪਰਮਾਤਮਾ ਏਲੀਆਹ ਜੋ ਇਜ਼ਰਾਇਲ 'ਚ ਕੁਸੀ ਵਿਧਵਾ ਦੀ ਮਦਦ ਕਰਨੇ ਤਾਈਂ ਨਹੀਂ ਘੱਲਿਆ। ਇਸ ਦੇ ਬਜਾਏ ਤਿੰਨੀ ਏਲੀਆਹ ਜੋ ਕੁਸੀ ਵੀ ਦੇਸੇ ਦੀ ਵਿਧਵਾ ਲਈ ਘੱਲਿਆ। ਯਿਸੂਏ ਗਲਾਣਾ ਜਾਰੀ ਰੱਖਿਆ, ਕਨੇ ਏਲੀਸਾ ਭਵਿਸ਼ਯ ਵਕਤਾ ਦੇ ਵਕਤੇ 'ਚ ਇਜ਼ਰਾਇਲ 'ਚ ਮਤੇ ਸਾਰੇ ਲੋਕ ਚੰਬੜੀਆਂ ਦੇ ਰੋਗੇ ਤੇ ਦੁਖੀ ਤੇ, ਅਪਰ ਏਲੀਸਾ ਤਿਨਾਂ 'ਚ ਕੁਸੀ ਜੋ ਵੀ ਖਰਾ ਨਹੀਂ ਕੀਤਾ। ਤਿੰਨੀ ਸਿਰਫ ਇਜ਼ਰਾਇਲ ਦੇ ਦੁਸ਼ਮਣ ਸੈਨਾਪਤੀ ਨਾਮਾਨ ਜੋ ਖਰਾ ਕੀਤਾ, ਅਪਰ ਜਿਹੜੇ ਲੋਕ ਯਿਸੂ ਜੋ ਸੁਣਾਉਂਦੇ ਥੇ ਸਹਿ ਯਹੂਦੀ ਥੇ। ਇਸ ਤਾਈਂ ਜਾਲੂ ਤਿਨਾਂ ਤਿਸੀ ਇਹ ਗਲਾਂਦੇ ਸੁਣਿਆ ਤਾਂ ਸਹਿ ਤਿਸ ਪਰ ਗੁੱਸੇ ਹੋਏ। ਨਾਸਰਤ ਦੇ ਲੋਕਾਂ ਯਿਸੂ ਜੋ ਪਕੜੀ ਲਿਆ, ਕਨੇ ਤਿਸੀ ਉਹ ਆਰਾਧਨਾ ਦੀ ਜਗ੍ਹਾ ਤੇ ਗਸੀਟੀ ਕਰੀ ਬਾਹਰ ਲਈ ਗਏ। ਸਹਿ ਤਿਸੀ ਉਹ ਮਾਰਨੇ ਤਾਈਂ ਥੱਲੇ ਸੱਟਣੇ ਜੋ 21 ਚਟਾਨਾਂ ਦੇ ਸਿਰੇ ਪਰ ਲਈ ਗਏ, ਅਪਰ ਯਿਸੂ ਭੀੜਾ ਤੇ ਨਿਕਲੀ ਗਿਆ। ਕਨੇ ਨਾਸਰਤ ਸਹਿਰੇ ਜੋ ਛੱਡੀ ਕਰੀ ਚਲੀ ਗਿਆ। ਫਿਰ ਯਿਸੂ ਸਾਰੇ ਗਲੀਲ ਜਗ੍ਹਾ 'ਚ ਗਿਆ। ਕਨੇ ਭੀੜ ਤਿਸ ਅੱਲੀ ਆਈ। ਸਹਿ ਇਹਦੇ ਮਤਿਆਂ ਲੋਕਾਂ ਜੋ ਲਈ ਕਰੀ ਆਏ, ਜਿਹੜੇ ਬਿਮਾਰ ਕਨੇ ਲੰਗੜੇ ਥੇ, ਜਿਨ੍ਹਾਂ 'ਚ ਕੁਛ ਦਿਖੀ ਚੱਲੀ ਸੁਣੀ ਜਾਂ ਗਲਾਈ ਨਹੀਂ ਸਕਦੇ ਥੇ, ਕਨੇ ਯਿਸੂ ਨੇ ਤਿਨਾਂ ਜੋ ਖਰਾ ਕੀਤਾ। ਇਸ ਤੇ ਇਲਾਵਾ ਮਤੇ ਇਹਦੇ ਲੋਕ ਯਿਸੂ ਅੱਲੀ ਆਏ ਜਿਨ੍ਹਾਂ 'ਚ ਬੁਰੀਆਂ ਆਤਮਾ ਥੀਆਂ, ਸਹਿ ਬੁਰੀਆਂ ਆਤਮਾ ਡੱਡੀਆਂ, ਤੂੰ ਪਰਮਾਤਮਾ ਦਾ ਪੁੱਤਰ ਹੈ। ਭੀੜਾ ਦੇ ਲੋਕ ਹੈਰਾਨ ਥੇ, ਕਨੇ ਤਿਨਾਂ ਪਰਮਾਤਮਾ ਦੀ ਸਤੁਤੀ ਕੀਤੀ। ਫਿਰ ਯਿਸੂ ਨੇ 12 ਮਾਣੂਆਂ ਜੋ ਚੁਣਿਆ, ਜਿਨ੍ਹਾਂ ਜੋ ਤਿੰਨੀ ਆਪਣੇ ਪ੍ਰੇਰਿਤ ਗਲਾਇਆ, ਤਿਨਾਂ ਪ੍ਰੇਰਿਤਾਂ ਤਿਸ ਸੋਗੀ ਸਫ਼ਰ ਕੀਤਾ, ਕਨੇ ਤਿਸ ਤੇ ਸਿੱਖਸਾ ਲਈ।